ਦੇਖੋ, ਆਮ ਆਦਮੀ ਪਾਰਟੀ ਦੇ ਰਾਜ ਦੇ ਦੌਰਾਨ ਪੰਜਾਬ 'ਚ ਅਣਐਲਾਨੀ ਐਮਰਜੈਂਸੀ ਹੈ, ਜਿੱਥੇ ਵਿਰੋਧੀ ਧਿਰਾਂ 'ਤੇ ਝੂਠੇ ਪਰਚੇ ਦਰਜ ਕਰਕੇ ਉਹਨਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਹੈ, ਉੱਥੇ ਮੀਡੀਆ ਅਦਾਰਿਆਂ ਦੀ ਬਾਂਹ ਮਰੋੜ ਕੇ ਉਹਨਾਂ ਨੂੰ ਪੰਜਾਬ ਦੀ ਅਸਲ ਤਸਵੀਰ ਦਿਖਾਉਣ ਤੋਂ ਰੋਕਿਆ ਜਾ ਰਿਹਾ। ਐਨਐਸਏ ਵਰਗੇ ਕਰੜੇ ਅਤੇ ਝੂਠੇ ਪਰਚੇ ਦਰਜ ਕਰਕੇ ਸਿੱਖ ਨੌਜਵਾਨਾਂ ਨੂੰ ਪੰਜਾਬ ਤੋਂ ਬਾਹਰਲੀਆਂ ਜੇਲ੍ਹਾਂ ਦੇ ਵਿੱਚ ਸੁੱਟਿਆ ਜਾ ਰਿਹਾ। ਅਤੇ ਅਜੋਹੀ ਆਮ ਆਦਮੀ ਪਾਰਟੀ ਆਪਣੀ ਹਾਰ ਨੂੰ ਦੇਖ ਕੇ ਐਡਾ ਬੁਖਲਾ ਗਈ ਹੈ ਕਿ ਹੁਣ ਛੋਟੇ ਬੱਚਿਆਂ ਦੀ ਆਵਾਜ਼ ਵੀ ਆਮ ਆਦਮੀ ਪਾਰਟੀ ਬੰਦ ਕਰਨਾ ਚਾਹੁੰਦੀ। ਅੱਜ ਹਰਪਾਲ ਚੀਬਾ ਸਾਹਿਬ ਦੀ ਅਗਵਾਈ 'ਚ ਆਮ ਆਦਮੀ ਪਾਰਟੀ ਦਾ ਇੱਕ ਵਫਦ ਚੀਫ ਇਲੈਕਟੋਰਲ ਸਾਹਿਬ ਨੂੰ ਸ਼ਿਕਾਇਤ ਦੇਣ ਦੇ ਲਈ ਗਏ। ਕਹਿੰਦੇ ਜੀ, ਪੰਜਾਬ ਬਚਾਓ ਯਾਤਰਾ ਦੇ ਦੌਰਾਨ ਸਰਦਾਰ ਸੁਖਬੀਰ ਸਿੰਘ ਬਾਦਲ ਬੱਚਿਆਂ ਤੋਂ ਪ੍ਰਚਾਰ ਕਰਾ ਰਹੇ ਨੇ, ਇਹ ਚੋਣ ਜ਼ਾਬਤੇ ਦੀ ਉਲੰਘਣਾ ਹੈ, ਇਹ ਚਾਈਲਡ ਲੇਬਰ ਹੈ। ਮੈਂ ਆਮ ਆਦਮੀ ਪਾਰਟੀ ਨੂੰ ਦੱਸਣਾ ਚਾਹੁੰਦਾ ਕਿ ਪੰਜਾਬ ਬਚਾਓ ਯਾਤਰਾ ਪੰਜਾਬੀਆਂ ਦਾ ਇੱਕ ਮੰਚ ਹੈ ਅਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਅੱਜ ਪੰਜਾਬੀ ਅਥਾਹ ਪਿਆਰ ਦੇ ਰਹੇ ਨੇ। ਔਰ ਯਾਤਰਾ ਦੇ ਦੌਰਾਨ ਅਨੇਕਾਂ ਲੋਕ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਮਿਲਦੇ ਨੇ, ਉਹਨਾਂ ਦੇ ਨਾਲ ਫੋਟੋਆਂ ਖਿਚਾਉਂਦੇ ਨੇ, ਉਹਨਾਂ ਨੂੰ ਪੰਜਾਬ ਦਾ ਦਰਦ ਦੱਸਦੇ ਨੇ। ਜੇ ਇਸੇ ਦੌਰਾਨ ਬੱਚੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਮਿਲਣਾ ਚਾਹੁੰਦੇ ਨੇ, ਉਹਨਾਂ ਦੀ ਗੋਦੀ ਦੇ ਵਿੱਚ ਬੈਠਣਾ ਚਾਹੁੰਦੇ ਨੇ, ਤਾਂ ਸ਼੍ਰੋਮਣੀ ਅਕਾਲੀ ਦਲ ਉਹ ਬੱਚਿਆਂ ਦੇ ਵਿੱਚ ਪੰਜਾਬ ਦਾ ਭਵਿੱਖ ਦੇਖਦਾ ਅਤੇ ਅਸੀਂ ਆਪਣੇ ਭਵਿੱਖ ਨੂੰ ਆਪਣੇ ਗਲ ਦੇ ਨਾਲ ਲਾਉਂਦੇ ਹਾਂ। ਇਹ ਕੋਈ ਆਮ ਆਦਮੀ ਪਾਰਟੀ ਨਹੀਂ, ਉਰੇ ਕੋਈ ਐਮਰਜੈਂਸੀ ਨਹੀਂ, ਬੱਚਿਆਂ ਨੂੰ ਖੁੱਲ੍ਹ ਹੈ, ਬੱਚੇ ਮੰਨ ਕੇ ਸੱਚੇ, ਉਹਨਾਂ ਦਾ ਜੋ ਦਿਲ ਕਰੂ ਉਹ ਕਰਨਗੇ। ਔਰ ਹਰਪਾਲ ਚੀਮਾ ਸਾਹਿਬ ਤਾਂ ਵਕੀਲ ਨੇ, ਇਹਨੂੰ ਤਾਂ ਚਾਈਲਡ ਲੇਬਰ ਦੀ ਡੈਫੀਨੇਸ਼ਨ ਪਤਾ ਹੋਣੀ ਚਾਹੀਦੀ ਹੈ। ਫਿਰ ਕਿਉਂ ਝੂਠੀਆਂ ਕੰਪਲੇਟਾਂ ਤੁਸੀਂ ਜਾ ਕੇ ਇਲੈਕਸ਼ਨ ਕਮਿਸ਼ਨ ਨੂੰ ਕਰ ਦਿਓ? ਪਰ ਚੀਮਾ ਸਾਹਿਬ ਨੂੰ ਆਦਤ ਹੈ ਝੂਠੀਆਂ ਕੰਪਲੇਟਾਂ ਦੇਣ ਦੀ। ਪਹਿਲਾਂ DGP ਸਾਹਿਬ ਨੂੰ ਦੇਣ ਗਏ ਸੀ ਕਿ ਜੀ ਸਾਡੇ MLA ਨੂੰ ਕੋਈ ਖਰੀਦ ਰਿਹਾ, ਉਹ ਤਾਂ ਹੁਣ ਸ਼ੀਤਲ ਅੰਗੁਰਾਲ ਨੇ ਦੱਸਤਾ ਕਿ ਭਾਈ MLA ਨੂੰ ਕੋਈ ਨਹੀਂ ਖਰੀਦ ਰਿਹਾ ਸੀ, ਇਹ ਤਾਂ ਆਮ ਆਦਮੀ ਪਾਰਟੀ ਦਾ ਇੱਕ ਸ਼ਡਿਅੰਤਰ ਸੀ। ਔਰ ਦੂਜਾ ਸਵਾਲ ਮੇਰਾ ਸਿਬਨ ਸਿੰਘ ਸਾਹਿਬ ਨੂੰ ਵੀ ਹੈ, ਜਿਹੜੇ ਮੁੱਖ ਚੋਣ ਅਫਸਰ ਨੇ ਪੰਜਾਬ ਦੇ, ਕਿ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਉੱਥੇ ਕਿਉਂ ਨਾ ਬਿਠਾਇਆ ਗਿਆ, ਕਿਉਂਕਿ ਇਹ ਤਾਂ ਹਰ ਰੋਜ਼ ਚੋਣ ਜ਼ਾਬਤੇ ਦੀ ਉਲੰਘਣਾ ਕਰਦੇ ਨੇ। ਜਿਹੜੀਆਂ 39 ਸੈਕਟਰ ਦੇ ਵਿੱਚ ਮੰਤਰੀ ਪੂਲ ਦੀਆਂ ਕੋਠੀਆਂ ਨੇ, ਉੱਥੋਂ ਆਮ ਆਦਮੀ ਪਾਰਟੀ ਚੋਣ ਜ਼ਾਬਤੇ ਦੇ ਦੌਰਾਨ ਪੋਲੀਟੀਕਲ ਪ੍ਰੈਸ ਕਾਨਫਰੰਸਾਂ ਕਰਦੀ ਹੈ। 2 ਦਿਨ ਪਹਿਲਾਂ ਕੀਤੀ ਸੀ, ਉਸ ਤੋਂ 1 ਦਿਨ ਪਹਿਲਾਂ ਵੀ ਇਹਨਾਂ ਨੇ ਕੀਤੀ ਸੀ, ਉਹਦੇ 'ਤੇ ਕੀ ਜਵਾਬ ਹੈ? ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ 'ਤੇ ਭਗਵੰਤ ਮਾਨ ਸਾਹਿਬ ਰੋਜ਼ MLA ਦੀਆਂ ਚੋਣਾਂ ਦੇ ਸੰਬੰਧੀ ਮੀਟਿੰਗਾਂ ਲੈਂਦੇ ਨੇ, ਕੀ ਇਹ ਚੋਣ ਜ਼ਾਬਤੇ ਦੀ ਉਲੰਘਣਾ ਨਹੀਂ? ਅੱਜ ਦਿੱਲੀੋਂ ਇਹਨਾਂ ਦੇ ਨੈਸ਼ਨਲ ਲੀਡਰ ਸੰਜੇ ਸਿੰਘ ਉਹ ਆ ਕੇ ਉਰੇ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ 'ਤੇ MLA ਦੀਆਂ ਚੋਣਾਂ ਸੰਬੰਧੀ ਮੀਟਿੰਗਾਂ ਲੈ ਰਹੇ ਨੇ, ਕੀ ਇਹ ਚੋਣ ਜ਼ਾਬਤੇ ਦੀ ਉਲੰਘਣਾ ਨਹੀਂ? ਸੋ ਐਸੀਆਂ ਝੂਠੀਆਂ ਸ਼ਿਕਾਇਤਾਂ ਦਰਜ ਕਰਕੇ ਕੀ ਪੰਜਾਬ ਦੇ ਅਸਲ ਮੁੱਦਿਆਂ ਤੋਂ ਧਿਆਨ ਭਟਕ ਜਾਏਗਾ? ਸੋ ਮੈਂ ਆਮ ਆਦਮੀ ਪਾਰਟੀ ਨੂੰ ਬੇਨਤੀ ਕਰਦਾ ਕਿ ਲੋਕਾਂ ਦੇ ਨਾਲ ਕੀਤੇ ਵਾਅਦੇ ਪੂਰੇ ਕਰੋ, ਪੰਜਾਬ ਦੀ, ਵਿਰੋਧੀਆਂ ਦੀ, ਸਿੱਖਾਂ ਦੀ, ਬੱਚਿਆਂ ਦੀ ਆਵਾਜ਼ ਬੰਦ ਕਰਕੇ ਪੰਜਾਬ ਦੀ ਤਸਵੀਰ ਨੇ ਬਦਲਣੀ ਜਾਣੀ।